ਦੋਸਤੋ ਤੁਹਾਨੂੰ ਆਪਾਂ ਇੱਕ ਤੋਕੜ ਕੱਢਣ ਝੋਟੀ ਦਿਖਾਉਂਦੇ ਹਾਂਗੇ। ਕੱਦ ਕਾਟ ਦੇਖ ਸਕਦੇ ਹੋ ਅਤੇ ਆਰਡਰ ਦੇਖ ਸਕਦੇ ਹੋ, ਇਹਦਾ ਬਹੁਤ ਜ਼ਬਰਦਸਤ ਆਰਡਰ ਹੈਗਾ। ਅਤੇ ਬਿੱਥੀ ਬੁੱਥੀ ਵੀ ਦੇਖ ਸਕਦੇ ਹੋ, ਵੱਡੀ ਵੀ ਬਹੁਤ ਆ ਅਤੇ ਚੌੜੀ ਵੀ ਬਹੁਤ ਹੈਗੀ, ਦੇਖ ਸਕਦੇ ਹੋ ਤੁਸੀਂ। ਮੀਂਹ ਦਾ ਦੁੱਧ ਦੀ ਇਹਦੇ ਤੋਂ ਉਹ ਤਾਂ ਇਹ 25 ਕਿਲੋ ਦੇ ਸਕਦੀ, 25 ਕਿਲੋ ਦੇ ਸਕਦੀ ਹੈਗੀ। ਮੱਝ ਦੇਖ ਸਕਦੇ ਹੋ ਬਹੁਤ ਚੰਗੀ ਹੈਗੀ, 2 ਲੱਖ ਮੁੱਲ ਕਰਦਾ ਬਾਈ, ਚੌੜੀ ਬਹੁਤ ਆ ਅਤੇ ਵੱਡੀ ਵੀ ਬਹੁਤ ਆ, ਬਹੁਤ ਸੁਨੱਖੀ ਹੈਗੀ ਅਤੇ ਦੁੱਧ ਵਾਲੀ ਹੈਗੀ। ਤੋ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ। ਦੋਸਤੋ ਅੱਜ ਆਪਾਂ ਪਹੁੰਚੇ ਹਾਂ ਪਸ਼ੂ ਮੰਡੀ ਮੌੜ, ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਆ ਅਤੇ ਹਰੇਕ ਮਹੀਨੇ ਦੀ 20 ਤਰੀਕ ਨੂੰ ਇਹ ਮੰਡੀ ਲੱਗਦੀ ਹੈਗੀ। ਪੂਰੀ ਟੌਪ ਦੀ ਮੰਡੀ ਆ ਅਤੇ ਮੱਝਾਂ ਦੀ ਮੰਡੀ ਆ, ਇਹ ਗਾਵਾਂ ਆ ਜਾਂਦੀਆਂ ਵਿੱਚ ਕੋਈ ਟਾਵਾਂ, ਅਤੇ ਵੈਸੇ ਜ਼ਿਆਦਾਤਰ ਮੱਝਾਂ ਆਉਂਦੀਆਂ, ਮੱਝਾਂ ਦੇ ਲਈ ਮਸ਼ਹੂਰ ਆ ਅਤੇ ਸਿਰੇ ਤੋਂ ਸਿਰੇ ਦੀਆਂ ਸ਼ੌਕੀਨ ਮੱਝਾਂ ਝੋਟੀਆਂ ਤੁਹਾਨੂੰ ਇਸ ਮੰਡੀ ਦੇ ਉੱਤੋਂ ਮਿਲ ਜਾਣਗੀਆਂ। ਜਿਸ ਤਰ੍ਹਾਂ ਦਾ ਵੀ ਤੁਸੀਂ ਮਾਲ ਚਾਹੋ ਤੁਹਾਨੂੰ ਉੱਥੋਂ ਮਿਲ ਜੂਗਾ, ਅਤੇ ਮਾਲ ਥੋੜ੍ਹਾ ਜਿਹਾ ਅੱਜ ਘੱਟ ਪਹੁੰਚਿਆ ਲੱਗਦਾ ਗਾ, ਅਤੇ ਜਿਸ ਤਰ੍ਹਾਂ ਸੀਜ਼ਨ ਵੀ ਔਫ ਆ ਅਤੇ ਬਾਕੀ ਗਾਹਕ ਚੰਗੇ ਫਿਰਦੇ ਹੈਗੇ, ਅਤੇ ਬਾਕੀ ਜਿਸ ਤਰ੍ਹਾਂ ਦਾ ਵੀ ਮਾਹੌਲ ਆ ਤੁਹਾਨੂੰ ਸਾਰਾ ਆਪਾਂ ਦਿਖਾਵਾਂਗੇ ਵੀਡੀਓ ਦੇ ਵਿੱਚ, ਅਤੇ ਚੰਗੇ ਚੰਗੇ ਪਸ਼ੂ ਤੁਹਾਨੂੰ ਆਪਾਂ ਦਿਖਾਵਾਂਗੇ ਵੀਡੀਓ ਦੇ ਵਿੱਚ। ਐਂਡ ਤਾਂ ਹੀ ਜੁੜੇ ਰਹੋ ਅਤੇ ਚੈਨਲ ਨੂੰ ਜ਼ਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ, ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਚੰਗੇ ਚੰਗੇ ਜਾਨਵਰ, ਅਤੇ ਆ ਜਾਓ ਫਿਰ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ। ਅਤੇ ਬਾਕੀ ਤੁਹਾਨੂੰ ਮੇਲਾ ਦੱਸ ਦੇਵੇ, ਇੱਕ ਨਵਾਂ ਮੇਲਾ ਪਸ਼ੂ ਮੇਲਾ ਹੋਣ ਜਾ ਰਿਹਾ ਗਾ 19-20-21 ਜਨਵਰੀ, ਅਤੇ ਉਹਦੇ ਲਈ ਵੀ ਤੁਸੀਂ ਤਿਆਰੀ ਖਿੱਚ ਸਕਦੇ ਹੋਗੇ। ਜਿਹਦੇ ਕੋਲ ਪਸ਼ੂ ਚੰਗੇ ਆਪਦੇ ਲੈ ਕੇ ਜਾਓ, ਅਤੇ ਨਹੀਂ ਆਪਦਾ ਦੇਖਣ ਜਾਓ, ਅਤੇ ਬਹੁਤ ਵਧੀਆ ਮੇਲਾ ਹੋ ਰਿਹਾ ਗਾ, ਅਤੇ ਉਹ ਮੇਲਾ ਵੀ ਆਪਾਂ ਸਾਰਾ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਅੱਗੇ ਆਪਾਂ ਧਨੌਲਾ ਮੇਲਾ ਵੀ ਸਾਰਾ ਕਵਰ ਕਰਿਆ ਗਾ। ਅਤੇ ਆ ਜਾਓ, ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ, ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ। ਦੋਸਤੋ ਤੁਹਾਨੂੰ ਆਪਾਂ ਇੱਕ ਵੱਡੇ ਆਰਡਰ ਦੀ ਮੱਝ ਦਿਖਾਉਂਦੇ ਹਾਂਗੇ, ਅਤੇ ਬਾਕੀ ਡਿਟੇਲ ਲੈ ਕੇ ਦੇਵਾਂਗੇ ਆਪਾਂ ਸਾਰੀ। ਕੱਦ ਕਾਟ ਵੀ ਚੰਗੇ ਦੇ ਵਿੱਚ ਆ, ਅਤੇ ਬਾਡੀ ਬਾਂਤਰ ਦੀ ਵੀ ਬਹੁਤ ਚੰਗੀ ਹੈਗੀ। ਕੱਦ ਕਾਟ ਦੇਖ ਸਕਦੇ ਹੋ ਅਤੇ ਆਰਡਰ ਦੇਖ ਸਕਦੇ ਹੋ, ਇਹਦਾ ਬਹੁਤ ਜ਼ਬਰਦਸਤ ਆਰਡਰ ਹੈਗਾ। ਅਤੇ ਬਿੱਥੀ ਬੁੱਥੀ ਵੀ ਦੇਖ ਸਕਦੇ ਹੋ, ਵੱਡੀ ਵੀ ਬਹੁਤ ਆ ਅਤੇ ਚੌੜੀ ਵੀ ਬਹੁਤ ਹੈਗੀ, ਦੇਖ ਸਕਦੇ ਹੋ ਤੁਸੀਂ। ਮੋੜ ਲਓ ਜੀ, ਦੇਖ ਸਕਦੇ ਹੋ ਤੁਸੀਂ, ਆਰਡਰ ਵੀ ਦੇਖ ਸਕਦੇ ਹੋ, ਆਰਡਰ ਬਹੁਤ ਜ਼ਬਰਦਸਤ ਹੈਗਾ, ਚੰਗੇ ਦੁੱਧ ਵਾਲੀ ਲੱਗਦੀ ਹੈਗੀ। ਬਾਕੀ ਆਪਾਂ ਡਿਟੇਲ ਸਾਰੀ ਲੈ ਲਾਂਗੇ, ਕੀ ਡਿਟੇਲ ਹੈ ਇਹਦੀ, ਕੀ ਗੱਲਬਾਤ ਹੈਗੀ। ਬੱਚਾ ਇਹਦਾ ਮੂਹਰੇ ਬੈਠਾ ਗਾ, ਅਤੇ ਆਰਡਰ ਤੁਸੀਂ ਦੁਬਾਰੇ ਚੈੱਕ ਕਰ ਸਕਦੇ ਹੋਗੇ ਬੈਕ ਸਾਈਡ ਤੋਂ, ਇੱਧਰੋਂ ਵੀ ਅਤੇ ਦੂਜੀ ਸਾਈਡ ਤੋਂ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂਗੇ। ਅਤੇ ਬੱਚਾ ਇਹਦਾ ਮੂਹਰੇ ਬੈਠਾ ਗਾ, ਅਤੇ ਆਪਾਂ ਡਿਟੇਲ ਸਾਰੀ ਪੁੱਛ ਲੈਂਦੇ ਹਾਂਗੇ। ਕੱਦ ਕਾਠ ਬਹੁਤ ਆ, ਚੰਗੀ ਬਹੁਤ ਹੈਗੀ, ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ, ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਹੈਗੀ, ਕੀ ਡਿਟੇਲ ਆ, ਕਿਹੜੇ ਸੂਏ ਆ ਉਹ? ਚੌਥਾ ਸੂਆ। ਚੌਥਾ ਸੂਆ ਸੂਈ ਵੀ ਹੈਗੀ? ਕਿੰਨੇ ਦਿਨ ਹੋ ਗਏ ਸੂਈ ਨੂੰ? ਮੈਨੂੰ ਹੋ ਗਏ 5-6 ਦਿਨ। 5-6 ਦਿਨ? ਬੱਚਾ? ਬੱਚਾ ਉਹ ਬੈਠਾ ਮੂਹਰੇ ਕੱਟਾ, ਮੂਹਰੇ ਬੈਠਾ ਕੱਟਾ, ਹੈ ਨਾ? ਠੀਕ ਆ। ਅਤੇ ਬਾਈ ਹੁਣ ਬੋਲਾ ਕਿੰਨਾ ਖਊਗਾ? ਬੋਲਾ ਹੋਊਗਾ ਮੈਂ ਕਹਿੰਦਾ ਜੀ 18-19 ਕਿਲੋ। 18-19 ਕਿਲੋ ਜਮਾ ਇੰਨਾ ਤਿਆਰ ਹੋਊਗਾ? ਅਤੇ ਕੀ ਮੀਂਹ ਦਾ ਦੁੱਧ ਦੀ ਇਹਦੇ ਤੋਂ? ਉਹ ਤਾਂ ਇਹ 25 ਕਿਲੋ ਦੇ ਸਕਦੀ। 25 ਕਿਲੋ ਦੇ ਸਕਦੀ ਹੈਗੀ? ਠੀਕ ਆ, ਆਪਾਂ ਨੂੰ ਫੁੱਲ ਉਮੀਦ ਹੈ ਨੀ। ਠੀਕ ਹੈ ਜੀ। ਅਤੇ ਇਹਦਾ ਮੁੱਲ ਕੀ ਰੱਖਿਆ? 90। ਮੁੱਲ 90? ਕਿੰਨੇ ਦੀ ਛੱਡਣੀ ਆ? 81 ਦੀ। ਬਾਕੀ ਹੋਰ ਹੋਜੂ ਮੌਕੇ 'ਤੇ, ਹੈ ਨਾ, ਜੇ ਗਾਹਕ ਲੱਗਦਾ। ਠੀਕ ਆ, ਕੰਪ ਪਾਰ ਦੇ ਬਾਈ? ਠੀਕ ਆ, ਕਿਹੜਾ ਏਰੀਆ? ਰਾਮਪੁਰਾ ਫੂਲ। ਰਾਮਪੁਰਾ ਫੂਲ ਖਾਸ ਹੀ? ਖਾਸ। ਠੀਕ ਆ ਜੀ। ਅਤੇ ਘਰ ਪਸ਼ੂ ਕਿੰਨੇ ਹੁੰਦੇ ਆ? ਪਸ਼ੂ 15-20। ਮੱਝਾਂ? ਗਾਈਆਂ ਦਾ ਵੀ ਆ? ਨਾ, ਗਾਈਆਂ ਸ਼ਿਕਾਈਆਂ ਦਾ ਨਹੀਂ ਕਰਦੇ। ਮੱਝਾਂ ਮਿਲ ਜਾਣਗੀਆਂ?
ਤੇ ਮੱਝ ਚੰਗੀ ਤੋਂ ਚੰਗੀ ਕੁਆਲਿਟੀ ਘਰੋਂ ਮਿਲ ਜੂਗੀ, ਤਸੱਲੀ ਕਰਕੇ ਅਗਲਾ ਲਿਆ ਸਕਦਾ। ਠੀਕ ਹੈ ਜੀ, ਤੇ ਆਪਣਾ ਕੰਟੈਕਟ ਨੰਬਰ? ਨੰਬਰ ਨਹੀਂ ਰੱਖਿਆ, ਨੰਬਰ ਹੈ ਨੀਗਾ। 75082 52276 ਠੀਕ ਹੈ ਜੀ, ਧੰਨਵਾਦ। ਲਓ ਜੀ ਦੋਸਤੋ, ਤੁਸੀਂ ਕੰਟੈਕਟ ਕਰ ਸਕਦੇ ਹੋ ਅਤੇ ਮੱਝ ਚੰਗੀ ਹੈਗੀ ਅਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਤੁਸੀਂ ਨਾਲ ਦੀ ਨਾਲ ਮੰਡੀ ਦਾ ਮਾਹੌਲ ਦੇਖ ਸਕਦੇ ਹੋ। ਲਓ ਵੀ ਦੋਸਤੋ, ਇੱਕ ਆਹ ਮੱਝ ਦੇਖ ਸਕਦੇ ਹੋ, ਬਹੁਤ ਚੰਗੀ ਹੈਗੀ, 2 ਲੱਖ ਮੁੱਲ ਕਰਦਾ ਬਾਈ, ਚੌੜੀ ਬਹੁਤ ਆ ਤੇ ਵੱਡੀ ਵੀ ਬਹੁਤ ਆ, ਬਹੁਤ ਸੁਨੱਖੀ ਹੈਗੀ ਤੇ ਦੁੱਧ ਵਾਲੀ ਹੈਗੀ। ਫੇਸ ਦੇਖ ਸਕਦੇ ਹੋ ਤੁਸੀਂ, ਬਾਡੀ ਬਣਤਰ ਬਹੁਤ ਚੰਗੀ ਹੈਗੀ। ਬਾਕੀ ਆਰਡਰ ਦੇਖ ਸਕਦੇ ਹੋ, ਆਰਡਰ ਵੀ ਬਹੁਤ ਸੋਹਣਾ, ਨਾੜਾਂ ਨੂੜਾਂ ਵੀ ਬਹੁਤ ਆ ਪਿੰਡੇ ਦੇ ਉੱਤੇ, ਪੂਰੀ ਟੋਪ ਕੁਆਲਿਟੀ ਦੀ ਝੋਟੀ ਆ। ਅਤੇ ਡਿਟੇਲ ਆਪਾਂ ਪੁੱਛ ਲੈਂਦੇ ਹਾਂ ਜੀ, ਕੀ ਡਿਟੇਲ ਆ ਚੌੜੀ ਦੇਖ ਸਕਦੇ? ਕਿਹੜੇ ਸੂਏ ਆ ਬਾਈ ਇਹ? ਤੀਜੇ ਸੂਏ ਆ। ਕੱਚੀ ਆ ਹਜੇ? ਕੱਚੀ ਆ, ਲੈਂਦੀ ਆ ਹਜੇ। ਠੀਕ ਆ, ਕੀ ਉਮੀਦ ਆ ਦੁੱਧ ਦੀ ਬਾਈ? 16 ਲੀਟਰ ਪਿਛਲੇ ਸੂਏ, ਇਸ ਵਾਰ 20 ਦੇ ਰੇਟ ਤਾਂ ਮਾਰੂ ਹੈ ਨਾ। ਠੀਕ ਆ, ਤੇ ਮੁੱਲ ਇਹਦਾ ਬਈ? 2 ਦੱਸਿਆ ਸੀ, 2 ਲੱਖ। ਕਿੰਨਾ ਹੋਜੂਗਾ ਮੌਕੇ ਤੇ? ਮੌਕੇ ਤੇ ਕਿੰਨੇ ਕੁ ਤਾਈਂ ਹੋਜੂਗਾ? 81 81। ਠੀਕ ਆ, ਆਪਣਾ ਵਪਾਰ ਦਾ ਕੰਮ? ਵਪਾਰ ਦਾ ਕੰਮ ਘਰ ਦੇ ਕੋਈ ਆ, ਵਪਾਰ ਦਾ ਕੋਈ ਕੰਮ? ਠੀਕ ਆ, ਕਿੱਥੋਂ ਆਏ ਹੋ ਬਾਈ? ਇਹ ਨਲਵਾ ਮੋੜ ਵੀਰੇ, ਢੱਲਵਾ ਮੋੜ, ਬਰਨਾਲਾ ਜ਼ਿਲ੍ਹਾ। ਹਾਂ, ਬਰਨਾਲਾ ਜ਼ਿਲ੍ਹਾ। ਠੀਕ ਆ, ਕੰਟੈਕਟ ਨੰਬਰ ਬਾਈ? 98768 98768 45911 45911। ਹਾਂਜੀ, ਠੀਕ ਆ ਬਾਈ, ਧੰਨਵਾਦ। ਲਓ ਵੀ ਦੋਸਤੋ, ਤੁਸੀਂ ਕੰਟੈਕਟ ਕਰ ਸਕਦੇ ਹੋ, ਵਪਾਰ ਦਾ ਕੋਈ ਕੰਮ ਨਹੀਂ ਹੈਗਾ ਗਾ, ਅਤੇ ਘਰੇਲੂ ਮੱਝ ਆ ਗਈ, ਮੱਝ ਚੰਗੀ ਹੈ, ਅਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਕੰਟੈਕਟ ਕਰ ਸਕਦੇ ਹੋਗੇ, ਅਤੇ ਹੈ ਚੰਗੀ ਆ, ਪੂਰੀ ਵਧੀਆ, ਸਾਂ ਵੀ ਬੜੀ ਚੰਗੀ ਹੈ। ਬਾਕੀ ਤੁਸੀਂ ਅੱਗੇ ਮਾਹੌਲ ਦੇਖ ਸਕਦੇ ਹੋ ਮੰਡੀ ਦਾ। ਮੰਡੀ ਵਧੀਆ ਭਰ ਗਈ ਆ, ਪਰ ਉਨੀ ਨਹੀਂ ਭਰੀ ਗਈ ਜਿੰਨੀ ਭਰਨੀ ਚਾਹੀਦੀ ਸੀ। ਗਾਹਕ ਠੀਕ ਫਿਰਦੇ ਆ, ਮਾਹੌਲ ਤੁਸੀਂ ਦੇਖ ਸਕਦੇ ਹੋ। ਦੋਸਤੋ, ਤੁਹਾਨੂੰ ਆਪਾਂ ਇੱਕ ਤੋਕੜ ਕੱਬਣ ਝੋਟੀ ਦਿਖਾਉਂਦੇ ਹਾਂਗੇ, ਨਾਲ ਕੱਟਾ ਹੈਗਾ, ਕੱਟੇ ਦੀ ਮਿਲਦੀ ਆ ਇਹ। ਪਹਿਲੇ ਸੂਏ ਸੂਈ ਵੀ ਆ, ਅਤੇ 4 ਮਹੀਨੇ ਹੋ ਗਏ ਸੂਈ ਨੂੰ ਬਾਈ ਕਹਿੰਦੇ, ਅਤੇ ਦੂਜੇ ਸੂਏ ਲਈ 1 ਮਹੀਨੇ ਦੀ ਕੱਬਣ ਆ, ਮਿਲਦੀ ਕੱਟੇ 'ਤੇ ਹੀ ਹੈਗੀ, ਅਤੇ ਰੇਟ ਹੈਗਾ 65,000 ਅਤੇ ਬਾਈ ਕਹਿੰਦੇ 58,000 ਦੀ ਦੇਣੀ ਹੈਗੀ, ਅਤੇ ਦੁੱਧ ਹੈਗਾ 9 ਕਿਲੋ,
ਬਾਕੀ ਤੁਸੀਂ ਆਪਦੀ ਤਸੱਲੀ ਦੇ ਖਰੀਦਣੀ ਹੈ ਜੇ ਇੱਥੇ ਵਿਕਦੀ ਆ ਤਾਂ ਠੀਕ ਆ ਅਤੇ ਖੋਲ੍ਹ ਕੇ ਆਪਾਂ ਤੁਹਾਨੂੰ ਦਿਖਾਉਂਦੇ ਨਹੀਂ ਕਿਉਂਕਿ ਘਰੇਲੂ ਆ ਕੋਈ ਵਪਾਰ ਦਾ ਕੰਮ ਨਹੀਂ ਅਤੇ ਬਾਈ ਕਹਿੰਦਾ ਥੋੜ੍ਹਾ ਜਿਹਾ ਡਰਦੀ ਹੈਗੀ ਤਾਂ ਕਰਕੇ ਨਹੀਂ ਦਿਖਾਉਂਦੇ ਮਿਲਦੀ ਕੱਟੇ ਦੀ ਆ ਨਾਲ ਕੱਟਾ ਤੁਸੀਂ ਦੇਖ ਸਕਦੇ ਹੋ ਅਤੇ ਕੱਦ ਕੱਟ ਚੰਗੇ ਦੇ ਵਿੱਚ ਹੈਗੀ ਸਿੰਗਾਂ ਸੁੰਗਾਂ ਦੀ ਵੀ ਕੁੰਡੀ ਹੈਗੀ ਚੰਗੀ ਆ ਝੋਟੀ ਥੱਲਿਓਂ ਵੀ ਠੀਕ ਹੈਗੀ ਅਤੇ ਬਾਕੀ ਆਪਾਂ ਬਾਈ ਤੋਂ ਐਡਰੈਸ ਪੁੱਛ ਲੈਂਦੇ ਹਾਂ ਅਤੇ ਕੰਟੈਕਟ ਪੁੱਛ ਲੈਂਦੇ ਹਾਂ ਅਤੇ ਤੁਸੀਂ ਆਪਦੀ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹਾਂ ਤੋਕੜ ਗੱਭਣ ਝੋਟੀ ਆ ਮਹੀਨੇ ਦੀ ਗੱਭਣ ਹੈਗੀ ਹੈਗੀ ਅਤੇ 4 ਮਹੀਨਿਆਂ ਦੀ ਇਹ ਸੂਈ ਵੀ ਹੈਗੀ ਮਿਲਦੀ ਬਾਈ ਕਹਿੰਦਾ ਕੱਟੇ ਤਾਂ ਹੀ ਆ 9 ਕਿਲੋ ਦੁੱਧ ਹੈਗਾ ਅਤੇ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣੀ ਆ ਪਿੰਡ ਸੰਦੋਹਾ ਅਤੇ ਜ਼ਿਲ੍ਹਾ ਪੈ ਜਾਂਦਾ ਹੈਗਾ ਬਠਿੰਡਾ 98762 47513 98762 47513 ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈਆਂ ਦੇ ਨਾਲ ਜਿਹਨੂੰ ਵੀ ਇਹ ਝੋਟੀ ਪਸੰਦ ਆਉਂਦੀ ਹੈ।